ਜਿੰਦਾਬਾਦ 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 ਬੀਜੇਪੀ ਦਾ ਮੁਕੰਮਲ ਬਾਈਕਾਟ ਕਰੋ ਜਿੰਦਾਬਾਦ ਜਿੰਦਾਬਾਦ ਯੁਵਕ ਕਿਸਾਨ ਮੋਰਚਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਰੋ ਰਿਹਾ ਕਰੋ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕਰੋ ਰਿਹਾ ਕਰੋ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਨੂੰ ਕਾਲ ਆ ਜੀ, ਕਿਉਂਕਿ ਸੰਯੁਕਤ ਕਿਸਾਨ ਮੋਰਚੇ ਜਿਹੜੇ ਸ਼ਾਮਲ ਸਾਡੇ ਕਿਸਾਨ ਆਗੂ ਹੈਗੇ ਆ ਉਹਨਾਂ ਦੀ ਧੜਾਧੜ ਗ੍ਰਿਫਤਾਰੀਆਂ ਹੋ ਰਹੀਆਂ ਬਿਨਾਂ ਵਜ੍ਹਾ ਹੋ ਰਹੀਆਂ, ਕਿਉਂਕਿ ਉਹ ਆਪਣਾ ਭਾਜਪਾ ਦਾ ਜਦੋਂ ਆਪਾਂ ਸਵਾਲ ਜਵਾਬ ਕਰਦੇ ਹਾਂ ਆਇਆਂ ਨੂੰ ਉਹ ਸਾਡਾ ਕਰਨਾ ਹੱਕ ਆ ਬਣਦਾ, ਅਸੀਂ ਜਮ੍ਹਾਂ ਨੈਤਿਕ ਸਵਾਲ ਪੁੱਛਦੇ ਹਾਂ। ਸਾਨੂੰ ਉਹਨਾਂ ਨੇ ਸਾਡੀ ਰਾਜਧਾਨੀ 'ਚ ਵੜਨ ਤੋਂ ਰੋਕਿਆ, ਜਿਹੜੇ ਜਾ ਰਹੇ ਸੀ ਸਾਡੇ ਕਿਸਾਨ ਉਹ ਸ਼ਹੀਦ ਕੀਤੇ ਹੈਗੇ ਆ, ਸਾਨੂੰ ਉੱਥੇ ਸਵਾ ਸਾਲ ਬਿਠਾ ਕੇ ਜਿਹੜੀਆਂ ਸਾਡੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦਾ ਸਗੋਂ ਜਿਹੜਾ ਹੰਸ ਰਾਜ ਮਖੌਲ ਡਾਰਿਆ, ਕਹਿੰਦਾ ਇੰਨੇ ਬੰਦੇ ਮਰਵਾ ਕੇ ਇਹ ਭੰਗੜੇ ਪਾਉਂਦੇ ਆਏ ਆ, ਵੇਖੋ ਤੁਸੀਂ ਉਹਨਾਂ ਸ਼ਹੀਦਾਂ ਦਾ ਮਜ਼ਾਕ ਉਡਾ ਰਿਹਾ ਜਿਹੜੇ ਬੰਦੇ ਉੱਥੇ ਬਜ਼ੁਰਗ ਉੱਥੇ ਸਾਲ ਸਾਲ ਬੈਠੇ ਰਹੇ ਆ। ਸਾਡੀ ਮੰਗ ਕੀ ਮੰਨੀ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ, ਆਪਾਂ ਕਹਿੰਦੇ ਨੇ ਬੰਦਾ ਮੁੱਕਰ ਗਿਆ, ਹੁਣ ਸਾਡਾ ਪ੍ਰਧਾਨ ਮੰਤਰੀ ਮੁੱਕਰ ਗਿਆ, ਉਹਦਾ ਹੱਲ ਕੀ ਕਰੀਏ? ਪਰ ਹੁਣ ਟਾਈਮ ਸਾਡੇ ਕੋਲ ਆਇਆ, ਹੁਣ ਆਇਆਂ ਨੂੰ ਸਵਾਲ ਤਾਂ ਅਸੀਂ ਪੁੱਛਣੇ ਆ, ਉਸ ਦੇ ਵਿਰੋਧ ਸਾਡੇ ਆਗੂ ਨੂੰ ਗ੍ਰਿਫਤਾਰ ਕਰੀ ਜਾਂਦੇ ਆ, ਸਾਨੂੰ ਉਹਦੇ ਵਿਰੁੱਧ ਚਾਹੀਦੀ ਸੀ ਕਾਲ। ਸਵਾਲ ਪੁੱਛ ਸਕਦੇ ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ? ਹਾਂਜੀ, ਵੀ ਜਿਹੜਾ ਉਹਨਾਂ ਨੂੰ ਵੀ ਅਧਿਕਾਰ ਆ ਇੱਕ ਚੋਣ ਕਮਿਸ਼ਨ ਪ੍ਰਚਾਰ ਕਰਨ ਦਾ, ਤੇ ਜਿਹੜਾ ਕਿਸਾਨਾਂ ਨੂੰ ਵੀ ਹੈਗਾ ਵਾਇਲੈਂਸ ਕਰਨ ਦਾ, ਵੀ ਤੁਸੀਂ ਜਾਣੀ ਕਿ ਵੀ ਇਸ ਤਰ੍ਹਾਂ ਵਿਰੋਧ ਕਰ ਸਕਦੇ ਆ ਸਾਈਡ ਤੋਂ ਕਰ ਸਕਦੇ ਹਾਂ, ਹਾਲਾਂਕਿ ਉਹਦੀ ਗੱਡੀ ਦਾ ਕਾਫਲਾ ਨਹੀਂ ਰੋਕ ਸਕਦੇ, ਸਖ਼ਤ ਹਦਾਇਤਾਂ ਅੱਜ ਵੀ ਉਹਨਾਂ ਦਾ ਬਿਆਨ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਅਤੇ ਉਹਨਾਂ ਕੋਲ ਜਿਹੜੇ ਸਾਨੂੰ ਜਾਣਦੀਆਂ ਹਦਾਇਤਾਂ ਹੈ ਕਿਸੇ ਕੋਲ ਰੋਕਣ ਦੀਆਂ ਵੀ ਅਸੀਂ ਆਪਦੀ ਰਾਜਧਾਨੀ ਨਹੀਂ ਵੜ ਸਕਦੇ? ਇਹ ਕਿਸੇ ਕੋਲ ਹਦਾਇਤਾਂ ਹੈ ਸਾਡੇ ਮੂਹਰੇ ਕਿੱਲ ਕੱਢ ਦਿਓ? ਜੇ ਪਹਿਲ ਤਾਂ ਉਹਨਾਂ ਨੇ ਕੀਤੀ ਆ ਵੀ ਜੇ ਉਹਨਾਂ ਨੇ ਸਾਨੂੰ ਇਹ ਰਿਵਾਜ਼ ਤੋਰਿਆ ਤਾਂ ਮਾੜਾ ਮੋਟਾ ਯੋਗਦਾਨ ਅਸੀਂ ਪਾਈ ਜਾਂਦੇ ਹਾਂ, ਉਹ ਅਸੀਂ ਤਾਂ ਪਾਉਣੇ ਜਦੋਂ ਸਾਡੇ ਸਵਾਲਾਂ ਜਵਾਬ ਨਹੀਂ ਦਿੰਦੇ, ਧੱਕੇ ਨਾਲ ਵੜਨਾ ਚਾਹੁੰਦੇ ਪਿੰਡ 'ਚ, ਅਸੀਂ ਕਹਿੰਦੇ ਸਾਡੇ ਸਵਾਲਾਂ ਜਵਾਬ ਦਿਓ, ਵੜ ਜਾਓ ਮੇਨ ਸਵਾਲਾਂ ਜਵਾਬ ਦੱਸਣ, ਵੀ ਉਹ ਦਿੱਤੇ ਬਿਨਾਂ ਹੀ ਹੀ ਕਰਕੇ ਤੁਰਨਗੇ, ਫਿਰ ਜਨਤਾ ਉਸ ਗੱਲ ਤੋਂ ਭੜਕ ਪੈਂਦੀ ਹੈ ਜੀ। ਕੱਲ੍ਹ ਹੰਸਰਾਜ ਨੇ ਬਿਆਨ ਦਿੱਤਾ ਵੀ ਕਿਸਾਨ ਗੱਡੀਆਂ ਭੰਨਣ ਦੀ ਬਜਾਏ ਆਪਦਾ ਹੰਕਾਰ ਭੰਨਣ, ਕੀ ਕਹਿਣਾ ਚਾਹੁੰਦੇ? ਇਹ ਤਾਂ ਉਹਨੂੰ ਆਪਦੇ ਸੋਚਾਂ ਚਾਹੀਦੀ ਗੱਲ ਜੀ। ਇਹ ਤਾਂ ਇੱਕ ਮਿੰਟ ਮੈਂ ਸ਼ੋਰਟ ਲੈਣਾ ਚਾਹੁੰਦਾ ਤੁਹਾਡੀ ਗੱਲ ਦਾ, ਮੈਂ ਹੰਸਰਾਜ ਜੀ ਨੂੰ ਇਹ ਪੁੱਛਣਾ ਚਾਹੁੰਦਾ, ਸਰਕਾਰ ਨੂੰ ਪੁੱਛਣਾ ਚਾਹੁੰਦਾ, ਜਿਹੜੀ ਕਹਿ ਰਹੀ ਆ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਗੱਡੀਆਂ ਦਾ ਕਾਫਲਾ ਨਹੀਂ ਰੋਕਣਾ ਚਾਹੀਦਾ, ਤੇ ਸਾਡੇ ਟਰੈਕਟਰ ਕਿਸਾਨਾਂ ਦੇ ਕਿਉਂ ਰੁਕੇ ਗਏ, ਕਿੱਡੇ ਕਿੱਡੇ ਬੈਰੀਅਰ ਬਣਾਏ ਗਏ ਉੱਥੇ? ਕੀ ਨਾਂ ਤੁਹਾਡਾ ਜੀ? ਹਾਂਜੀ, ਮੇਰਾ ਨਾਂ ਅੰਮ੍ਰਿਤਪਾਲ ਕੌਰ। ਹਾਂਜੀ, ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਦੀ ਕਮੇਟੀ ਮੈਂਬਰ। ਅੱਜ ਅਸੀਂ ਆਪਦੇ ਪਿੰਡ ਲੈਵਲ ਤੇ ਸਾਰੇ ਸੰਯੁਕਤ ਮੋਰਚੇ ਵੱਲੋਂ ਭਗਵੰਤ ਮਾਨ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਦਾ ਅਸੀਂ ਅੱਜ ਪੁਤਲਾ ਫੂਕਿਆ, ਅਰਥੀ ਸਾੜੀ ਹੈ। ਇਹਦੇ ਸੰਬੰਧ ਵਿੱਚ ਸਾਡਾ ਸੰਯੁਕਤ ਮੋਰਚੇ ਦਾ ਇਹ ਫੈਸਲਾ ਸੀ ਵੀ ਹੁਣ ਲੋਕ ਸਭਾ ਚੋਣਾਂ 18ਵੀਆਂ ਲੋਕ ਸਭਾ ਚੋਣਾਂ 2024 ਆ ਰਹੀਆਂ, ਅਤੇ ਇਹਦੇ ਸੰਬੰਧ ਵਿੱਚ ਹੁਣ BJP ਦੇ ਲੀਡਰ ਕੈਂਡੀਡੇਟ ਅਤੇ ਪੰਜਾਬ ਸਰਕਾਰ ਦੇ ਕੈਂਡੀਡੇਟ ਪਿੰਡਾਂ 'ਚ ਆਉਣਗੇ। ਉਹਦਾ ਅਸੀਂ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਦਾ ਅਸੀਂ ਵਿਰੋਧ ਕਰਨਾ ਸੀ ਅਤੇ ਉਹਨਾਂ ਨੂੰ ਅਸੀਂ 11 ਸਵਾਲ ਕਰਨੇ ਸੀ। ਇਹ ਸਾਡਾ ਸੰਯੁਕਤ ਮੋਰਚੇ ਦਾ ਫੈਸਲਾ ਸੀ। ਸਾਡਾ ਇਹਦਾ ਮਕਸਦ ਹੈ ਵੀ ਹੁਣ ਜਿਹੜੇ ਕੈਂਡੀਡੇਟ ਪਿੰਡਾਂ 'ਚ ਆਉਂਦੇ ਸੀ, ਸੰਯੁਕਤ ਮੋਰਚੇ ਵੱਲੋਂ ਐਲਾਨ ਸੀ ਵੀ ਇਹਨਾਂ ਨੂੰ ਸਵਾਲ ਕਰੋ, 11 ਸਵਾਲ ਕਰੋ ਸਾਡੀਆਂ ਮੰਗਾਂ 'ਤੇ, ਇਹਨਾਂ ਤੋਂ ਪੁੱਛੋ ਵੀ ਕਿਉਂ ਨਹੀਂ ਲਾਗੂ ਕੀਤੀਆਂ। ਪਰ ਜੇ ਸਾਡੇ ਸੂਬਾ ਆਗੂ ਜਾਂ ਸਾਡੇ ਕਿਸਾਨ ਇਹਨਾਂ ਨੂੰ ਸਵਾਲ ਕਰਦੇ ਸੀ ਤਾਂ ਉਹਨਾਂ 'ਤੇ ਲਾਠੀਚਾਰਜ ਕੀਤਾ ਗਿਆ, ਜਿਹਦੇ ਵਿੱਚ ਸਾਡੇ ਸੂਬਾ ਕਮੇਟੀ ਦੇ ਹਰਮਨ ਪਿਆਰੇ ਸੂਬਾ ਆਗੂ ਸਰਦਾਰ ਹਰਨੇਕ ਸਿੰਘ ਮਹਿਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੱਲ੍ਹ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਆਪਣਾ ਹਰਜਿੰਦਰ ਸਿੰਘ ਦੀਪ ਸਿੰਘ ਵਾਲੇ ਨੂੰ ਵੀ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਹਰਨੇਕ ਸਿੰਘ ਮਹਿਮਾ ਨੂੰ 6 ਦਿਨ ਹੋ ਗਏ ਸੈਂਟਰਲ ਜੇਲ੍ਹ ਵਿੱਚ ਡੱਕ ਕੇ ਰੱਖਿਆ ਹੋ ਗਿਆ। ਪਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਇਹ ਚੈਲੰਜ ਕਰਦੇ ਹਾਂ, ਅਗਰ ਇਹ ਮੋਦੀ ਸਰਕਾਰ ਦੀ ਐਵੇਂ ਪਿਛਲਾਗਰ ਹੋ ਕੇ ਉਹਦਾ ਸਾਥ ਦਊਗੀ ਤਾਂ ਪਿੰਡਾਂ ਵਿੱਚ ਅਸੀਂ ਆਉਣ ਵਾਲੇ ਦਿਨਾਂ 'ਚ ਆਪਦੇ ਜਿਵੇਂ ਸਾਨੂੰ ਸੰਯੁਕਤ ਮੋਰਚੇ ਦਾ ਐਲਾਨ ਹੋਊਗਾ ਅਸੀਂ ਆਪਦੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ।
ਸਾਡੇ ਉਹਨਾਂ ਸ਼ੁਹਿਰਦ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਅਗਰ ਜੇ ਨਾ ਰਿਹਾਅ ਕੀਤਾ ਗਿਆ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਅਤੇ ਆਉਣ ਵਾਲੇ ਦਿਨਾਂ 'ਚ ਅਸੀਂ ਸੜਕਾਂ 'ਤੇ ਇਹਨਾਂ ਦੇ ਰਾਹ ਰੋਕਾਂਗੇ ਅਤੇ ਇਹਨਾਂ ਦਾ ਡਟ ਕੇ ਵਿਰੋਧ